ਫਾਜ਼ਿਲਕਾ ਦੇ ਪਿੰਡ ਗੁਲਾਬਾ ਪੈਣੀ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਤਾਰਬੰਦੀ ਤੋਂ ਉਸ ਪਾਰ ਸਥਿਤ ਬੁਰਜੀ ਵਾਲੇ ਪੀਰ ਦੀ ਸਮਾਧੀ ਤੇ ਲਗਾਇਆ ਗਿਆ ਸਾਲਾਨਾ ਮੇਲਾ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕ। ਫਾਜ਼ਿਲਕਾ ਦੇ ਪਿੰਡ ਗੁਲਾਬਾ ਪੈਣੀ ਦੇ ਵਿੱਚ ਭਾਰਤ ਪਾਕ ਸਰਹੱਦ ਤੇ ਤਾਰਬੰਦੀ ਦੇ ਉਸ ਪਾਰ ਬਣੀ ਬੁਰਜੀ ਵਾਲੇ ਪੀਰ ਦੀ ਸਮਾਧੀ ਤੇ ਅੱਜ ਸਾਲਾਨਾ ਮੇਲਾ ਆਯੋਜਿਤ ਕੀਤਾ ਗਿਆ। BSF ਦੀ ਨਿਗਰਾਨੀ ਦੇ ਵਿੱਚ ਇਹ ਮੇਲਾ ਲਗਾਇਆ ਗਿਆ ਅਤੇ ਲੋਕਾਂ ਵੱਲੋਂ ਤਾਰਬੰਦੀ ਤੋਂ ਉਸ ਪਾਰ ਜਾ ਕੇ ਪੀਰ ਬਾਬਾ ਦੀ ਸਮਾਧੀ ਤੇ ਮੱਥਾ ਟੇਕਿਆ ਗਿਆ। BSF ਵੱਲੋਂ ਇੱਥੇ ਪੂਰੇ ਇੰਤਜ਼ਾਮ ਕੀਤੇ ਗਏ ਸਨ ਅਤੇ ਮੇਲਾ ਵੀ ਬੜੀ ਧੂਮਧਾਮ ਦੇ ਨਾਲ ਇੱਥੇ ਲਗਾਇਆ ਗਿਆ, ਜਿਸ ਦੇ ਵਿੱਚ COVID-19 ਨੂੰ ਲੈ ਕੇ ਪੂਰੀਆਂ ਹਦਾਇਤਾਂ ਦਾ ਪਾਲਣ ਵੀ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਵਿਭਾਜਨ ਤੋਂ ਪਹਿਲਾਂ ਇਹ ਮੇਲਾ ਇੱਥੇ ਲੱਗ ਰਿਹਾ ਹੈ ਅਤੇ ਭਾਰਤ ਪਾਕਿਸਤਾਨ ਬਟਵਾਰੇ ਤੋਂ ਬਾਅਦ ਇਹ ਸਮਾਧ ਤਾਰਬੰਦੀ ਤੋਂ ਉਸ ਪਾਰ ਚਲੀ ਗਈ ਸੀ, ਜਿਸ ਤੋਂ ਬਾਅਦ ਅੱਜ ਵੀ ਇੱਥੇ ਮੇਲਾ ਲਗਾਇਆ ਜਾਂਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਾਬਾ ਦੀ ਸਮਾਧੀ ਤੇ ਮੱਥਾ ਟੇਕਣ ਦੇ ਲਈ ਪਹੁੰਚਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਮੇਲੇ ਦੇ ਵਿੱਚ COVID-19 ਦੇ ਚਲਦੇ ਭੀੜ ਬੇਸ਼ੱਕ ਘਟ ਰਹੀ, ਲੇਕਿਨ ਲੋਕਾਂ ਦੇ ਵਿੱਚ ਮੇਲੇ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸੁਖਪ੍ਰੀਤ ਕੌਰ ਹੈ ਸਰ। ਕਿੱਥੋਂ ਆਏ ਹੋ? ਮੈਂ ਅੰਮ੍ਰਿਤਸਰ ਰਹਿੰਦੀ ਹਾਂ ਵੈਸੇ, ਤੇ ਪੇਕੇ ਮੇਰੇ ਮੁਕਤਸਰ ਆ। ਇੱਥੇ ਮੇਰੇ ਸਿਸਟਰ ਵਿਆਹੇ ਹੋਏ ਫਾਜ਼ਿਲਕਾ 'ਚ। मैं पहली बार आई हूँ इतने, मैं बहुत मतलब इंजॉयमेंट सीगा कि हाँ मैं जाना देखना मेला पाकिस्तान के नेड़े आ, मेरा बहुत दिल सीगा, इसलिए मैं पहली बार आई हूँ इतने। किस तरह लग्या तुहानू इत्थे आ पहुंचे? मैं बहुत वधिया लग्या सर। इन्दे बारे भाजी, जी बुरज शुरू तो सन कार तो जो पाकिस्तान भारत बनया से लागू उदू की इतने खुटी बनी है बाबा बुरजी वाला। ये वाला जो भी लोग उतो दूर दूर आने, जो मन्नत मनते मन्नत पूरी होंगी है बिल्कुल। इन जो भी किसी तरह की कोई BSF वाला वगैरह कोई भी बारू आ के जो श्रद्धा मन जाए पूरी होंगी है। जो कोविड का दौर चल रहा है, कोविड का कोरोना दौर चल रहा है, उन्होंने देखते अच्छ भीड़ घट नहीं? हाँ जी, इस कारण भी कोविड होने कारण तो पूरी असी प्रबंध किए सरपंचा असी सारे भी अलग अलग आके आओ मत्था टेक के वापस जाओ, भीड़ ना करो, नहीं तो इतने बहुत भीड़ होंगी, थान नहीं मिलती तुरन में, बहुत ही ज़्यादा COVID-19 का बहुत इस्तेमाल कर रहे हैं अभी। इतने बहुत घटो घटो 20-25 हज़ार बंदा हों हर मेले की खेरी, पर COVID-19 कारण बिल्कुल रोका लोगों रोका घट गिनती आओ आदा मत्था टेको अभी मन्नत पूरी करके तो वापस लाए। हाँ जी, की नाम? खुशहाल सिंह जी। खुशहाल सिंह जी, केड़ा पिंड है जिथे मेला? ए जी गुलाबा पैणी। किन्ने सालों तो जिहड़ा मेला लगता है? ए जी 60-65 साल तो जदों दी हदबंदी बनी उस तो पहला ही ये लगता आंदा जी। कितों कितों दी संगत इत्थे मत्था टेकण आ? बड़े बड़े दूर तक आंदी जी, जिन्ने तक बहुत मानता है फकीर दी। की कहना चाहोगे इस जो समाध है इहदे बारे, की कहना चाहोगे? जी पूरा सूरा फकीर है, पिछू पाकिस्तान के भी आ, पिछे गोलां भी होंदिया रही, उन्होंने मुसलमान भी आते रहे, हूँ तो चल हालात माड़े करके नहीं आन दें दे। होर तुहानू की जानकारी है इस बारे? ये जी फकीर इत्थे लोगों नू बनन नहीं कदों नहीं मनते सी, ते सारयां दे टोर छड़ते घोड़े तरह बजाए पशु छड़ के ते डांग नाल मनाया गया। की नाम है तुहाडा जी? सिंदर सिंह जी। ਕਿਹੜਾ ਪਿੰਡ ਹੈ ਜਿੱਥੇ ਮੇਲਾ ਲੱਗਦਾ? ਇਹ ਪਿੰਡ ਗੁਲਾਬਾ ਪੈਣੀ ਜੀ। ਇਹ ਕਿੰਨੇ ਸਾਲਾਂ ਤੋਂ ਮੇਲਾ ਲੱਗਦਾ ਆ ਰਿਹਾ? ਇਹ ਜੀ ਬਹੁਤ ਟਾਈਮ ਹੋ ਗਿਆ, ਉਦੋਂ ਤੋਂ ਸ਼ਾਇਦ ਸਾਡਾ ਜਨਮ ਵੀ ਨਾਲ ਜਦੋਂ ਤੋਂ ਲੱਗਦਾ ਸੀ। ਹਾਂਜੀ, ਅਤੇ ਕੀ ਕਹਿਣਾ ਚਾਹੋਗੇ, ਕੀ ਤੁਹਾਡੇ ਕੋਲ ਇਹਦੇ ਬਾਰੇ ਦੱਸਣ ਯੋਗ ਹੈਗੀ ਗੱਲਬਾਤ? ਤੁਸੀਂ ਤਾਂ ਕਦੋਂ ਦੇ ਆ ਰਹੇ ਹੋ? ਅਸੀਂ ਤਾਂ 12 ਟਾਈਮ ਹੋ ਗਿਆ, ਵੈਸੇ 5-6 ਸਾਲ ਹੋ ਗਿਆ ਆਉਣ ਲੱਗੇ ਹਾਂ। ਹਾਂਜੀ, ਕਿਹੜੇ ਪਿੰਡ ਤੋਂ? ਅਸੀਂ ਪਿੰਡ ਮਾਤਮ ਨਗਰ ਜੀ। ਜਿਹੜੀ ਮਾਨਤਾ ਕਿੰਨੀ ਕੁ ਲੋਕਾਂ ਦੇ ਵਿੱਚ? ਮਾਨਤਾ ਜੀ ਬਹੁਤ ਹੈ ਜੀ। ਹਾਂਜੀ। ਹਾਂਜੀ, ਕੀ ਨਾਮ ਹੈ ਤੁਹਾਡਾ ਅਤੇ ਕਿਹੜੇ ਪਿੰਡ ਤੋਂ ਆਏ ਹੋ? ਗੁਲਾਬਾ ਪੈਣੀ ਤੋਂ ਜੀ, ਜੋਧਾ ਪਿੰਡ ਗੁਲਾਬਾ ਪੈਣੀ ਜੀ। ਇਹ ਜੋ ਮੇਲਾ ਲੱਗਦਾ ਇਹਦੇ ਬਾਰੇ ਕੀ ਜਾਣਕਾਰੀ ਹੈ? ਇਹ ਮੇਲਾ ਬਹੁਤ ਵਧੀਆ ਲੱਗਦਾ ਹੈ, ਤੀਰਥ ਸਥਾਨ ਬਹੁਤ ਵਧੀਆ, ਦੂਰ ਦੂਰ ਸੰਗਤਾਂ ਆਉਂਦੀਆਂ ਇੱਥੇ। ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ? ਸੰਗਤਾਂ ਸਾਰੇ ਏਰੀਏ ਦੀ ਆਉਂਦੀਆਂ। ਕਿੰਨਾ ਕੁ ਰਸ਼ ਹੁੰਦਾ ਸੀ ਕੋਵਿਡ ਤੋਂ ਪਹਿਲਾਂ, ਅੱਜ ਕਿਵੇਂ ਹੈ ਕੋਵਿਡ? ਇਸ 2 ਸਾਲ ਤੋਂ ਪਹਿਲਾਂ ਰਸ਼ ਬਹੁਤ ਹੁੰਦਾ ਸੀ ਇੱਥੇ, ਇਹ ਲੋਕਡਾਊਨ ਕਾਰਨ ਇੱਧਰ ਫੌਜੀ ਆਉਣ ਨਹੀਂ ਦਿੰਦਾ। ਮੇਲੇ ਵਿੱਚ ਕਿਸ ਤਰ੍ਹਾਂ ਦੀਆਂ ਆਈਟਮਾਂ ਹੁੰਦੀਆਂ ਨੇ ਬੱਚਿਆਂ ਲਈ ਵੱਡਿਆਂ ਲਈ? ਬਹੁਤ ਵਧੀਆ ਕੁਆਲਿਟੀ ਦੀਆਂ ਬੱਚਿਆਂ ਵਾਸਤੇ ਇੱਥੇ ਬਹੁਤ ਕੁਛ, ਖਿਡੌਣੇ, ਖਾਣ ਪੀਣ ਦੀਆਂ ਚੀਜ਼ਾਂ, ਵਡੇਰਿਆਂ ਵਾਸਤੇ, ਬਜ਼ੁਰਗਾਂ ਵਾਸਤੇ ਵਧੀਆ ਝੂਲੇ,